ਅੰਮ੍ਰਿਤਸਰ ਚ ਵੀਹਵਾਂ ਆਯੁਰਵੈਦਿਕ ਪਰਬ ਮਹਾਂਪਰਬ ਇੱਥੇ ਹੋਣ ਜਾ ਰਿਹਾ ਹੈ। 18, 19 ਅਤੇ 20 ਤਰੀਕ ਨੂੰ ਇਹ ਪਰਬ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿੱਚ ਆਈਟੀ ਬਲਾਕ ਦੇ ਵਿੱਚ ਕੀਤਾ ਜਾਏਗਾ। ਕੀ ਇਹਦੇ ਵਿੱਚ ਰਹੇਗਾ, ਕੀ ਖਾਸ ਰਹੇਗਾ, ਕਿਸ ਤਰ੍ਹਾਂ ਦਾ ਪ੍ਰੋਗਰਾਮ ਦੇ ਉਲੀਕਿਆ ਜਾਏਗਾ, ਪੰਜਾਬ ਸਰਕਾਰ ਵੱਲੋਂ ਕੌਣ ਕੌਣ ਆ ਰਿਹਾ, ਗੱਲ ਕਰਨੇ ਆ। ਡਾਕਟਰ ਸਾਹਿਬ, ਆਯੁਰਵੈਦ ਪਰਬ ਵੀਹਵਾਂ ਅੰਮ੍ਰਿਤਸਰ ਚ ਹੋਣ ਜਾ ਰਿਹਾ ਹੈ, ਇਸ ਤੋਂ ਪਹਿਲੇ ਵੀ ਅੰਮ੍ਰਿਤਸਰ ਚ ਇਸ ਤਰ੍ਹਾਂ ਆਯੁਰਵੈਦਿਕ ਪਰਬ ਹੋਇਆ ਹੈ ਜਾਂ ਪਹਿਲੇ ਫਸਟ ਟਾਈਮ ਹੋ ਰਿਹਾ? ਨਹੀਂ, ਇੱਕ ਪਰਬ ਪਹਿਲਾਂ ਹੋ ਚੁੱਕਾ ਹੈ, ਇਹ ਦੂਸਰਾ ਹੈ ਜੀ। ਕੀ ਹੈ, ਥੋੜਾ ਇਹਨੂੰ ਡਿਸਕ੍ਰਾਈਬ ਕਰਿਓ ਜਰਾ। ਇਹ ਆਯੁਰਵੈਦਿਕ ਪਰਬ, ਜਿੰਨੀਆਂ ਵੀ ਆਯੁਰਵੈਦਿਕ ਸਿਸਟਮ ਆਫ ਮੈਡੀਸਿਨ ਹੈ, ਉਹ ਚਾਹੇ ਉਹ ਆਯੁਰਵੈਦ ਹੋਵੇ, ਯੋਗ ਔਰ ਨੈਚੁਰੋਪੈਥੀ ਹੋਵੇ, ਹੋਮਿਓਪੈਥੀ ਹੋਵੇ, ਇਹ ਸਾਰਿਆਂ ਦੇ ਨਾਲ ਰਿਲੇਟਡ ਹੈ। ਇਸ ਦੀ ਸਾਰਿਆਂ ਦੀ ਅਵੇਅਰਨੈਸ ਔਰ ਲੋਕਾਂ ਨੂੰ ਫੈਸਿਲੀਟੇਟ ਕਰਨ ਵਾਸਤੇ ਇਹ ਅੰਮ੍ਰਿਤਸਰ ਦੇ ਵਿੱਚ ਕੈਂਪ ਮੇਲਾ ਔਰਗਨਾਈਜ਼ ਕੀਤਾ ਜਾ ਰਿਹਾ। ਅਸੀਂ ਮੇਲਾ ਕਹਿ ਸਕਦੇ ਹਾਂ ਇਸ, ਤੁਸੀਂ 3 ਦਿਨ ਦਾ ਮੇਲਾ ਹੈ ਅੰਮ੍ਰਿਤਸਰ ਦੇ ਵਿੱਚ, ਖਾਸ ਕਰਕੇ ਆਯੁਰਵੈਦਿਕ ਮੇਲਾ, ਕਿਉਂਕਿ ਐਲੋਪੈਥਿਕ ਤਾਂ ਅੱਗੇ ਚੱਲਦੇ ਹੀ ਨੇ, ਮਗਰ ਅੰਮ੍ਰਿਤਸਰ ਇੱਕ ਦੂਸਰੀ ਵਾਰ ਇਹ ਮੇਲਾ ਆਯੋਜਿਤ ਹੋ ਰਿਹਾ ਹੈ, ਪੰਜਾਬ ਸਰਕਾਰ ਵੱਲੋਂ ਇਹ ਆਯੋਜਿਤ ਕੀਤਾ ਜਾ ਰਿਹਾ, ਪੰਜਾਬ ਦਾ ਆਯੁਰਵੈਦਿਕ ਮੰਤਰਾਲਿਆਂ ਦੇ ਨਾਲ ਰਿਲੇਟਡ। ਬਿਲਕੁਲ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੀ ਇਹ ਨੇਪਰੇ ਚੜ੍ਹ ਰਿਹਾ ਹੈ। ਫੰਡਿੰਗ ਜ਼ਰੂਰ ਇਹਦੇ 'ਚ ਸੈਂਟਰ ਗੌਰਮੈਂਟ ਦੀ, ਲੇਕਿਨ ਔਰਗਨਾਈਜ਼ ਸਾਰਾ ਇਹਨੂੰ ਸਾਰਾ ਪੰਜਾਬ ਗੌਰਮੈਂਟ ਦੇ ਸਹਿਯੋਗ ਨਾਲ ਹੀ ਕੀਤਾ ਜਾ ਰਿਹਾ। ਪਰ ਇਹਨੂੰ ਉਹਦੀ ਔਰਗਨਾਈਜੇਸ਼ਨ ਜਿਹੜੀ ਬਾਡੀ ਆ, ਔਰਗਨਾਈਜ਼ਿੰਗ ਬਾਡੀ ਆ, ਉਹ ਹੈ ਆਯੁਰਵੇਦ ਮਹਾਸੰਮੇਲਨ ਜੀ। ਇਹਨੂੰ ਥੋੜ੍ਹਾ ਜਿਹਾ ਹੋਰ ਡਿਸਕ੍ਰਾਈਬ ਕਰੋ ਕਿ 18 ਤਰੀਕ ਨੂੰ ਜਦੋਂ ਸ਼ੁਰੂਆਤ ਹੋਏਗੀ, ਕੌਣ ਆ ਰਿਹਾ ਹੈ ਇੱਥੇ, ਇਸ ਨੂੰ ਇਨੋਗਰੇਟ ਕਰੇਗਾ, ਪੰਜਾਬ ਸਰਕਾਰ ਦਾ ਕੋਈ ਮੰਤਰੀ ਆ ਰਿਹਾ, ਇਸ ਤੋਂ ਬਾਅਦ ਇਹਦੇ ਤੁਹਾਡੇ ਇਸ ਮੇਲੇ ਦੇ ਵਿੱਚ 18 ਤਰੀਕ ਨੂੰ ਕੀ ਹੋਏਗਾ, 19 ਨੂੰ ਕੀ ਹੋਏਗਾ, 20 ਨੂੰ ਕੀ ਹੋਏਗਾ, ਇਹਦਾ ਮੰਤਵ ਕੀ ਹੋਏਗਾ? 18 ਤਰੀਕ ਨੂੰ ਇਹਦਾ ਮਹੂਰਤ ਮਾਨਯੋਗ ਸਿਹਤ ਮੰਤਰੀ ਵੀ ਪੰਜਾਬ ਸਰਕਾਰ 'ਚ ਹੀ ਕਰ ਰਹੇ ਨੇ, ਔਰ ਅੰਮ੍ਰਿਤਸਰ ਦੇ ਸਾਰੇ ਗਣਮਾਨੇ ਜਿੰਨੇ ਵੀ ਉਹ ਸਾਡੇ ਇੱਥੇ ਅਤਿਥੀ ਹੋਣਗੇ। ਇਸ ਦੇ ਨਾਲ 3 ਦਿਨ ਲਗਾਤਾਰ ਇਹਦੇ ਵਿੱਚ ਆਯੁਰਵੈਦਿਕ, ਹੋਮਿਓਪੈਥੀ, ਯੂਨਾਨੀ ਇਹਦੀਆਂ OPDs ਚੱਲਣਗੀਆਂ, ਜਿਹੜੀਆਂ ਬਿਲਕੁਲ ਮੁਫਤ ਹੋਣਗੀਆਂ, ਜਿਹਦੇ ਵਿੱਚ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਔਰ ਇਸ ਦੇ ਨਾਲ ਨਾਲ ਜਿਹੜੇ ਟੈਕਨੀਕਲ ਸੈਸ਼ਨ ਹੋਣਗੇ, ਜਿਹੜੇ ਆਯੁਰਵੇਦ ਦੇ ਇੱਥੇ, ਜਿਸ ਤਰ੍ਹਾਂ ਆਯੁਰਵੇਦ ਦਾ ਕਾਲਜ ਵੀ ਹੈ, ਉਹਦੇ ਵਿਦਿਆਰਥੀਆਂ ਨੂੰ, ਆਯੁਰਵੇਦ ਦੇ ਜਿਹੜੇ ਹਜ਼ਾਰਾਂ ਪ੍ਰੈਕਟੀਸ਼ਨਰ ਹੈ, ਉਹਨਾਂ ਨੂੰ ਵੀ ਆਯੁਰਵੇਦ ਦੇ ਜਿਹੜੇ ਲੇਟੈਸਟ ਟੈਕਨੀਕਸ ਹੈ ਜਾਂ ਜੋ ਰਿਸਰਚ ਵਰਕ ਹੋਇਆ ਉਹਦੇ ਬਾਰੇ 'ਚ ਜਾਣੂ ਕਰਾਉਣ ਵਾਸਤੇ ਅਲੱਗ ਅਲੱਗ ਆਯੁਰਵੈਦਿਕ ਯੂਨੀਵਰਸਿਟੀਆਂ ਤੋਂ ਔਰ ਅਲੱਗ ਅਲੱਗ ਜਿਹੜੇ ਹੋਰ ਬੜੇ ਆਯੁਰਵੇਦ ਦੇ ਉੱਚ ਕੋਟੀ ਦੇ ਵਿਦਵਾਨ ਨੇ, ਉਹਨਾਂ ਦੇ ਲੈਕਚਰਸ ਹੋਣਗੇ ਟੈਕਨੀਕਲ ਸੈਸ਼ਨ ਤੋਂ। ਅੱਜ ਕੱਲ੍ਹ ਮਤਲਬ ਅਜੋਕੇ ਸਮੇਂ ਦੇ ਵਿੱਚ ਅਸੀਂ ਥੋੜਾ ਜਿਹਾ ਫਾਸਟ ਲਾਈਫ ਨੂੰ ਲੈ ਕੇ ਚੱਲਦੇ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਦਵਾਈ ਖਾਧੀ ਠੀਕ ਹੋ ਗਏ ਚਲੇ ਗਏ, ਪਰ ਆਯੁਰਵੈਦਿਕ ਨਾਲ ਇਲਾਜ ਥੋੜਾ ਜਿਹਾ ਡਿਲੇ ਹੋ ਜਾਂਦਾ ਹੈ। ਮਤਲਬ ਅਸੀਂ ਤਾਂ ਸਿਰ ਪੀੜ ਹੋਈ ਹੈ, ਗੋਲੀ ਖਾ ਲਈ ਜਾਂ ਨਾ ਸਿਮ ਖਾ ਲਈ, ਕੁਛ ਹੋਰ ਖਾ ਲਿਆ, ਤੇ ਆਯੁਰਵੈਦਿਕ ਥੋੜਾ ਡਿਲੇ ਹੁੰਦਾ, ਲੋਕੀ ਘੱਟ ਅਵੇਅਰ ਨੇ ਇਹਦੇ ਪ੍ਰਤੀ, ਆਯੁਰਵੇਦ ਦੇ ਪ੍ਰਤੀ, ਕਿਉਂਕਿ ਇਹ ਤਾਂ ਸਾਡਾ ਗ੍ਰਾਸ ਰੂਟ ਸਾਡੀ ਇਹਦੇ ਤੋਂ ਹੀ ਸ਼ੁਰੂ ਹੁੰਦੀ ਹੈ, ਪਰ ਅਸੀਂ ਉਹਨਾਂ ਨੂੰ ਭੁੱਲ ਗਏ ਹਾਂ। ਇਹ ਇੱਕ ਨਾ ਬੜਾ ਵੱਡਾ ਭਰਮ ਹੈ, ਝੂਠ ਹੈ ਕਿ ਆਯੁਰਵੈਦਿਕ ਬੜਾ ਸਲੋ ਐਕਟਿੰਗ ਸਿਸਟਮ ਆਫ ਮੈਡੀਸਿਨ। ਮੈਂ ਇੱਕ ਜ਼ਿੰਮੇਵਾਰ ਆਯੁਰਵੇਦ ਦਾ ਨੁਮਾਇੰਦਾ ਹੋਣ ਦੇ ਨਾਤੇ ਇੱਥੇ ਗੱਲ ਬੜੇ ਜ਼ਿੰਮੇਵਾਰੀ ਨਾਲ ਕਹਾਂਗਾ ਕਿ ਆਯੁਰਵੇਦ ਓਨਾ ਹੀ ਐਫੀਸ਼ੈਂਟ, ਓਨਾ ਹੀ ਐਕਟਿਵ, ਓਨਾ ਹੀ ਤੇਜ਼ੀ ਨਾਲ ਆਪਣੇ ਰਿਜ਼ਲਟ ਦਿਖਾਉਂਦਾ ਜਿੰਨਾ ਕੋਈ ਵੀ ਦੁਨੀਆ ਦੀ ਚਿਕਿਤਸਾ ਵਿਧਾ ਦਿਖਾਉਂਦੀ ਹੈ, ਅਤੇ ਜਲਦੀ ਕੋਇਕ ਐਕਸ਼ਨ ਕਰਦੀ ਹੈ। ਬਸ ਇਹਦੇ ਵਿੱਚ ਹੈ ਕਿ ਜਿਹੜਾ ਉਹਦਾ ਚਿਕਿਤਸਕ ਹੈ, ਆਯੁਰਵੇਦਿਸਟ ਹੈ, ਉਹਨੂੰ ਉਹਦਾ ਕੰਸੈਪਟ, ਉਹਦੇ ਡਾਇਗਨੋਸ, ਉਹਦਾ ਟ੍ਰੀਟਮੈਂਟ ਉਹ ਠੀਕ ਹੋਣਾ ਚਾਹੀਦਾ। ਅਨਲੈਸ ਆਯੁਰਵੇਦ ਤੇ ਅੱਜ ਵੀ ਦੇਖੋ, ਜਦੋਂ ਕਿਤੇ ਮੋਚ ਆ ਜਾਂਦੀ ਸੀਗੀ ਤੇ ਅਸੀਂ ਫਟਕੜੀ ਖਾਣ ਨੂੰ ਦਿੰਦੇ ਸੀਗੇ, ਔਰ ਉਹਦੀ ਇਨਫਲੇਮੇਸ਼ਨ, ਸੋਜ ਵੀ ਨਹੀਂ ਸੀ ਰਹਿੰਦੀ ਔਰ ਦਰਦ ਵੀ ਇਮੀਡੀਏਟਲੀ ਖਤਮ ਹੋ ਜਾਂਦੀ। ਪੇਟ ਦਰਦ ਹੋ ਜੇ, ਅੱਜ ਵੀ ਜਵੈਨ ਖਾਓ ਤੇ ਮੈਂ ਨਹੀਂ ਸਮਝਦਾ ਕਿਸੇ ਵੀ ਐਂਟੀਸਪਾਜ਼ਮੋਡਿਕ ਐਨਾਲਜੈਸਿਕ ਤੋਂ ਦੇਰ ਨਾਲ ਇਫੈਕਟ ਹੁੰਦਾ ਹੋਵੇ। ਡਾਕਟਰ ਸਾਹਿਬ, ਮੈਂ ਰੋਕਣਾ ਚਾਹਾਂਗਾ, ਇਹ ਤਾਂ ਥੋੜੇ ਜਿਹੇ ਟੋਟ ਕੇ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ, ਇਹ ਤਾਂ ਘਰਾਂ 'ਚ ਚੱਲਦੇ ਨੇ, ਇਸ ਤਰ੍ਹਾਂ ਸਾਨੂੰ ਤਾਂ ਸਾਡੇ ਬਜ਼ੁਰਗ ਕਹਿ ਹੀ ਦਿੰਦੇ ਨੇ ਕਿ ਅਸੀਂ ਵੀ ਅੱਜ ਦੀ ਤਰੀਕ ਦੇ ਵਿੱਚ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਹਾਂ ਜੀ ਤੁਸੀਂ ਜਵੈਨ ਖਾ ਲਓ, ਤੁਸੀਂ ਫਟਕੜੀ ਦੀ ਟਕੋਰ ਕਰ ਲਓ, ਪਰ ਗੱਲ ਇਲਾਜ ਦੀ ਕਰ ਰਹੇ ਹਾਂ। ਜੇ ਕੋਈ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਸੀਵੀਅਰ ਕੋਈ ਚੀਜ਼ ਹੈਗੀ ਹੈ, ਉਹਦੇ ਲਈ ਕੋਈ ਆਪਰੇਟ ਕਰਨਾ ਪੈ ਰਿਹਾ ਜਾਂ ਕੁਛ ਹੋਰ ਕਰਨਾ ਪੈ ਰਿਹਾ, ਉਹ ਆਯੁਰਵੈਦਿਕ ਨੂੰ ਛੱਡ ਕੇ ਮੈਡੀਸਨ ਐਲੋਪੈਥੀ ਕੋਲ ਜਾਂਦਾ। ਦੇਖੋ, ਇੱਕ ਬੜਾ ਹੀ ਅੱਛਾ ਪ੍ਰਸ਼ਨ ਤੁਸੀਂ ਕੀਤਾ। ਜਿਹੜੇ ਇਹ ਸਾਡੇ ਜਿਸ ਤਰ੍ਹਾਂ ਤੁਸੀਂ ਜਿਹੜੇ ਸਾਡੇ ਇਹ ਦੱਸੇ ਨਾ ਕਿ ਟੋਟਕੇ, ਲਾਈਫ ਸਟਾਈਲ ਦਾ ਪਾਰਟ ਹੈ, ਔਰ ਇਹ ਆਯੁਰਵੇਦ ਕੱਲਾ
ट्रीटमेंट आस्पेक्ट ही नहीं है। आयुर्वेद के दो सिद्धांत है, स्वस्थ से स्वस्थ रक्षणम और आतुरस्य विकार प्रचलनम, कि अगर कोई व्यक्ति स्वस्थ है वो स्वस्थ ही किस तरह रहे। बीमार होने वास्ते ये मानव ने परमात्मा ने मानव जीवन नहीं दिता है, ते वो ते असीं अपनियां गलत रहन सहन गलत खान पान गलत आदतां दे नाल आयुर्वेद दीआं जो सिद्धांत है उन्हां तो उल्ट जाके असीं बीमार हो रहे हैं, रोगी हो रहे हैं। अनलैस आयुर्वेद ते कदी भी नहीं कहिंदा कि कोई रोगी होवे बीमार होवे। हाँ, आयुर्वेद दे विच जे कोई बीमार हो जांदा फिर उहदा ट्रीटमेंट किस तरह करना वह भी पूरा पूर्ण रूप च समर्थ है। जिस तरह तुसीं गल कीती कि साडा खान पान अज दी तरीक दे विच हैगा, 50 वाले बंदे मतलब अब 50 वाले बंदे तो थोड़ा समझदे आ कि खान पान की करना, मगर अजोके समय दे विच जिहड़ी नवीं पनीरी है साडे बच्चे ने साडा जिहड़े नवे नवे उगदे ने 20-22 साल 25 साल 30 साल उहदे उह अजकल फास्ट फूड नूं ज्यादा तरजीह दिंदे ने, जिहड़ा स्वास्थ भोजन हैगा उन्हूं ठुकरा रहे ने। उहदा कारण यही लग रहा है कि वह बीमारी वालों ज्यादा अपने सुनेहा दे रहे हैं। देखो इसी करके तो आयुर्वेदिक पर्व गवर्नमेंट ऑर्गेनाइज करन जा रही है कि जेडे ये साडे च कमियां आ गई हैं असी उन्होंने किस तरह अवेयरनैस उन्होंने प्रति क्रिएट करके उन्होंने सही रस्ते ते लिजा सकीए। और देखो ये मैं कल्ली बच्चियां दी ही नहीं किसी दोष देवांगा, साढ़े सारे ही जिहड़ी बहुत भज दौड़ दी जिंदगी हो गई है असी अपनी जिहड़ी मानव जीवन है उहदा सही कंसैप्ट नहीं समझदे पए। कल्ला दौड़ना भजना ही मानव जीवन का कंसैप्ट नहीं है, धर्म अर्थ काम मोक्ष चतुर प्रचार्थ की प्राप्ति समाज सेवा यह सारा ही कंसैप्ट मानव दे वास्ते मानव वास्ते पहला जरूरी है, नहीं तो जीवते सारे ही ने। ठीक है ना, मानव नूं परमात्मा ने बुद्धि दित्ती है और अपने ते समाज के कल्याण वास्ते मानव जीवन मिलिया है, ते इस दे विच अगर असीं अपने वास्ते समाज वास्ते समय नहीं कढ़दे ते मैं समझांगा कि फिर मानव जिहड़ा जीवन है ये उहदा असीं उहनूं सार्थक नहीं करदे। बिल्कुल, तुसीं बहुत वधिया गल कही है कि पर असीं इस चीज़ नूं भुलदे जा रहे हैं। अज दे समय दे विच जिस तरह का वातावरण है जिस तरह के साडे कोल गैजट्स हैगे ने जो असी अज दी तरीक दे विच यूज करदे पए आ, हर घर दी नेसेसिटी है, ओह वाली यूज करदे पए, ओह चीज़ां असी भुल गए आ। क्या इस जिहड़ा तुसी असी मेला आयुर्वेद मेला लजा रहे इहदे विच वी तुसी अवेयर करन दा कोई रख्या होया कि एक दिन कोई सैशन इस तरह का चलेगा तुहाडे जिहड़े जूनियर्स होणगे जां डॉक्टर्स होणगे ओह लोकां नूं समझाणगे? बिल्कुल बिल्कुल, तुसीं बहुत अच्छा प्रश्न किया, बिल्कुल सही कह रहे हैं। जे उत्थे आयुर्वेदिक चिकित्सक डॉक्टर्स उन्होंने आयुर्वेदिक स्टूडेंट्स वास्ते उत्थे लैक्चर हो रहे हैं टेक्निकल लैक्चर, इस तरह ही उत्थे पब्लिक दी पब्लिक नूं आयुर्वेद नाल सही की सही तरीका आ जिंदगी जीन दा, खान पीन रहन सहन जीन और सौन दा ऋतुचर्या दिनचर्या उहदे बारे अवेयर करन वास्ते भारत सरकार दे स्टॉल भी लग रहे आ जिहदे विच लिटरेचर भी प्रोवाइड कीता जाएगा और उत्थे उहनां दे एक्सपर्ट भी बैठे होणगे जिहड़े पब्लिक नूं इस सारियां चीज़ां दे नाल अवेयर करनगे। डॉक्टर साहब लास्ट सवाल है जी, तुसीं अमृतसर दे विच आयुर्वेदिक पर्व बना रहे हो, अमृतसर दे लोकां नूं की सुनेहा देना चाहोगे कि उस पर्व तों लाह की सुणा? मैं इन्ना ही कहांगा कि अगर वह उत्थे आ जांदे आ ते बाकी सारा काम ये पर्व ये मेला कर देगा। उत्थे वो मेरे वल्लों इन्नी प्रार्थना है अमृतसर दी सारी साध संगत नूं कि वो उत्थे केवल आवे और ये आयुर्वेद साडा अपना ट्रेडिशन है अपना ज्ञान है ते वो जिहड़ी चीज़ की कमी हो गई है जिन्हों असीं भुल गए हैं उहदे नाल आके दुबार तों जुड़े, बाकी काम वो मेला आपे ही कर लेगा। सो अमृतसर च 20वां सम्मेलन करवाया जा रहा है, असं गल कर रहे हैं डॉक्टर साहब आयुर्वेद जिस तरह मैं गल कर रहा सीगा कि असी तकरीबन लोग भुल गए ने एलोपैथिक नूं तरजीह दे रहे ने, यह मेला असी करवा रहे हैं साडा मोटो की रहिंदा है कि इस प्रति जिहड़ा जिस तरह मैं गल कर रहा कि आयुर्वेदिक नूं भुलदे जा रहे हैं? सर भारत सरकार का ये प्रयत्न है कि आयुर्वेद को जन जन तक पहुंचाया जाए और उसी के परिणाम स्वरूप आपने कोरोना काल में देखा होगा आयुर्वेद ने जो कार्य किया है उसका ही रिजल्ट है कि अब बच्चे भी जो हैं यंग ब्लड जो है वो भी इसकी तरफ आकर्षित हो रहे हैं। ऐसा नहीं कि अब वो नहीं है, जो पहले किस समय था आज से 15 साल पहले तो पंजाब सरकार उसमें बहुत कार्य कर रही है भारत सरकार के सहयोग से। यहाँ पे मान साहब हमारे आदरणीय
मुख्यमंत्री जी ने योगशाला का प्रारंभ किया है जिसमें बहुत कार्य हो रहा है स्वस्थ रहने के लिए व्यक्ति के। तो इस तरह भारत सरकार अपना पूर्ण प्रयत्न कर रही है, प्रांतीय सरकारें कितना कार्य कर सकती हैं उसके सहयोग से ये सरकार पर डिपेंड करता है सर। शुक्रिया सर, शुक्रिया। सो पंजाब सरकार के सहयोग के नाल आयुर्वेदिक पर्व जोड़ा है कि 18-19-20 तरीक को मनाया जा रहा है। अमृतसर अमृतसर को मान हासिल है कि यह पर्व अमृतसर शहर के हो जा रहा है। कैमरा पर्सन नितेश के नाल ज्योति बहल, दैनिक सवेरा टीवी अमृतसर। दैनिक सवेरा अते फॉक्स मैगन 18-19-20 अक्टूबर नू जलंधर दे गुरु गोविंद सिंह स्टेडियम विच तुहाडे लई ले आए ने ऑटो एक्सपो 2024 जिस विच तुहानू मिलनगियां लग्जरी कारां, बाइक्स, किड जोन, आकर्षक तोहफे, फूड कोर्ट, लाइव परफॉर्मेंसेस, फ्री मेहंदी ते नेल आर्ट हुई दोपहर 12 to 8 PM तक। पहुंचो जरूर ऑटो एक्सपो 2024। एसोसिएट स्पॉन्सर अडानी गैस, एंटरटेनमेंट पार्टनर मिर्ची एंड गाना। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।